ਹੋਣਾ, ਪਰ ਰੋਡ ਤੇ ਵੀ ਕੱਟ ਹੋਣਾ। ਕਹਿੰਦੇ ਨੇ ਅਸੀਂ ਪ੍ਰਧਾਨ ਆ, ਅਸੀਂ ਥੱਪੜ ਮਾਰਾਂਗੇ, ਸਾਡੇ ਥੱਪੜ ਮਾਰੋਗੇ ਤੁਸੀਂ ਇਹ ਪ੍ਰਧਾਨ, ਸਰਕਾਰ ਤੁਹਾਡੀ ਆ, ਤੁਸੀਂ ਸਾਡੇ ਥੱਪੜ ਮਾਰੋਗੇ, ਤੁਸੀਂ ਥੱਪੜ ਮਾਰੋਗੇ ਸਾਡੇ। ਮਾੜੀ ਮੋਟੀ ਬੰਦਾ ਕੋਸ਼ਿਸ਼ ਤਾਂ ਕਰਦਾ ਵੀ ਮੈਂ ਮੂਰੇ ਕੋਈ ਚੀਜ਼ ਆ ਗਈ, ਤਸਵੀਰਾਂ ਨੇ ਤਾਂ ਬੜੀਆਂ ਮੰਦਭਾਗੀ ਤੁਹਾਨੂੰ ਦਿਖਾ ਰਿਹਾ ਭਵਾਨੀਗੜ੍ਹ ਨੈਸ਼ਨਲ ਹਾਈਵੇ ਦੀਆਂ, ਜਿੱਥੇ ਸਵੇਰ ਚੜ੍ਹਦੇ ਜਿਹੜਾ ਇੱਕ ਹਾਦਸਾ ਵਾਪਰਦਾ ਤਾਂ PRTC ਬੱਸ ਦਾ ਇੱਕ ਟਰਾਲੇ ਦੇ ਨਾਲ ਹਾਦਸਾ ਵਾਪਰ ਜਾਂਦਾ ਤਾਂ ਕਾਰਨ ਦੱਸ ਦਈਏ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਵੱਧ ਰਹੀ ਹੈ ਤਾਂ ਧੁੰਦ ਕਾਰਨ ਟਰਾਲਾ ਮੁੜਦਾ ਨਾ ਦੇਖਣ ਕਾਰਨ ਜਿਹੜਾ ਬੱਸ ਅਤੇ ਟਰਾਲੇ ਦਾ ਆਪਸੀ ਐਕਸੀਡੈਂਟ ਹੋ ਜਾਂਦਾ, ਐਕਸੀਡੈਂਟ ਤੋਂ ਬਾਅਦ ਜਿਹੜਾ ਮਾਹੌਲ ਤਣਾਅਪੂਰਨ ਵੀ ਬਣ ਜਾਂਦਾ ਤਾਂ ਸ਼ਹਿਰ ਵਾਸੀ ਅਤੇ ਹੋਰ ਜਿਹੜੇ ਮੁਲਾਜ਼ਮ ਨੇ ਤਾਂ ਉਹ ਵੀ ਮੌਕੇ 'ਤੇ ਪਹੁੰਚ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਜਿਹੜਾ ਮਾਹੌਲ ਭੱਖ ਜਾਂਦਾ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਹਾਦਸਾ ਵਾਪਰਿਆ ਅਤੇ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਬਾਅਦ ਦੇ ਵਿੱਚ ਜਦੋਂ ਹਾਦਸਾ ਹੁੰਦਾ ਤਾਂ ਸ਼ਹਿਰ ਵਾਸੀ ਵੀ ਇਕੱਤਰ ਹੋ ਜਾਂਦੇ ਨੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਆਪਸੀ ਕਿਸੇ ਗੱਲ ਨੂੰ ਲੈ ਕੇ ਜਿਹੜੀ ਗਾਲੀ ਗਲੋਚ ਵੀ ਹੁੰਦੀ ਹੈ ਤਾਂ ਕੀ ਗੱਲਬਾਤ ਹੋਈ ਹੈ ਤਾਂ ਇਹ ਵੀ ਤੁਹਾਨੂੰ ਦਿਖਾਵਾਂਗੇ। ਪਰ ਤਸਵੀਰਾਂ ਨੇ ਜਿਹੜੀਆਂ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਹਾਦਸੇ ਤੋਂ ਬਾਅਦ ਜਿਹੜਾ ਮਾਹੌਲ ਤਣਾਅਪੂਰਨ ਬਣ ਜਾਂਦਾ ਤਾਂ ਲੜਾਈ ਤੱਕ ਦਾ ਜਿਹੜਾ ਮਾਹੌਲ ਬਣ ਜਾਂਦਾ ਤਾਂ ਜਿਹੜਾ ਬਾਅਦ ਦੇ ਵਿੱਚ ਲੜਾਈ ਨੂੰ ਜਿਹੜਾ ਕਾਬੂ ਵੀ ਕਰ ਲਿਆ ਜਾਂਦਾ ਪੁਲਿਸ ਦੇ ਵੱਲੋਂ। ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਭਵਾਨੀਗੜ੍ਹ ਤੋਂ ਦਿਖਾ ਰਿਹਾ ਤਾਂ ਜਿਹੜੀ ਅਹਿਮ ਜਾਣਕਾਰੀ ਦੇ ਦਈਏ ਕਿ ਹਾਦਸੇ ਦੇ ਵਿੱਚ ਜਿਹੜਾ 4 to 5 ਦੇ ਕਰੀਬ ਜਿਹੜੇ ਮਰੀਜ਼ਾਂ ਦੇ ਸੱਟਾਂ ਲੱਗੀਆਂ, ਜਿਸ ਦੇ ਵਿੱਚ ਕੁਨੈਕਟਰ ਦੇ ਵੀ ਜਿਹੜੀਆਂ ਸੱਟਾਂ ਲੱਗਦੀਆਂ ਨੇ। ਤਾਂ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਹਾਦਸਾ ਤਾਂ ਟਲਦਾ ਵੱਧ ਜਾਂਦਾ, ਧੁੰਦ ਦੇ ਕਾਰਨ ਜਿਹੜਾ ਹਾਦਸਾ ਹੁੰਦਾ ਤਾਂ ਜਿਹੜਾ ਅਸੀਂ ਕਹਿ ਸਕਦੇ ਹਾਂ ਤਾਂ ਹਾਦਸਾ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਵੱਧ ਰਹੀ ਹੈ। ਤਾਂ ਅਸੀਂ ਵੀ ਅਪੀਲ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਜੇਕਰ ਉਹ ਵੀ ਕਿਸੇ ਸਫ਼ਰ ਤੈਅ ਕਰਦੇ ਨੇ ਤਾਂ ਉਹ ਜ਼ਰੂਰ ਧਿਆਨ ਦੇਣ ਦੇ ਧੁੰਦ ਦੇ ਵਿੱਚ ਗੱਡੀਆਂ ਨੇ ਜਿਹੜੀਆਂ ਤਾਂ ਹੌਲੀ ਚਲਾਉਣ, ਤਾਂ ਜਿਹੜੇ ਵੱਡੀਆਂ ਗੱਡੀਆਂ ਨੇ ਤਾਂ ਉਹਨਾਂ ਦੇ ਰਿਫਲੈਕਟਰ ਜ਼ਰੂਰ ਲਾ ਕੇ ਰੱਖਣ, ਤਾਂ ਗੱਡੀਆਂ ਮੋੜਦੇ ਨੇ ਤਾਂ ਦੂਰੋਂ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਗੱਡੀ ਕੋਈ ਮੁੜ ਰਹੀ ਹੈ ਤਾਂ ਕੀ ਗੱਲਬਾਤ ਹੋਈ ਹੈ ਮੌਕੇ 'ਤੇ ਉੱਥੇ ਲੈ ਚੱਲਦੇ ਹਾਂ ਤੁਹਾਨੂੰ। ਤੁਸੀਂ ਇਹ ਡਰਾਈਵਰ ਸੀ ਬਾਈ ਦੀ ਬੱਸ ਦੇ? ਠੀਕ ਹੈ, ਕਿਹੜੇ ਡਿਪੂ ਦੀ ਬੱਸ ਹੈ? ਇਹ ਸਰੂ ਡਿਪੂ ਦੀ ਬੱਸ। ਠੀਕ ਹੈ, ਕੀ ਹਾਦਸਾ ਕਿੱਦਾਂ ਹੋਇਆ ਬਾਈ ਜੀ? ਧੁੰਦ ਦੇ ਕਾਰਨ ਬਾਈ ਗੱਡੀ ਰੋਡ ਤੇ ਵਿਚਾਲੇ ਬੈਕ ਕਰ ਰਿਹਾ ਸੀ, ਇਹ ਨਹੀਂ ਪਤਾ ਕਿ ਅੱਗੇ ਕਰ ਰਿਹਾ ਸੀ, ਵਿਚਾਲੇ ਗੱਡੀ ਖੜੀ ਸੀ। ਠੀਕ ਹੈ, ਤੇ ਕੋਈ ਇਹਦੇ ਲਾਈਟ ਬੱਤੀ ਚੱਲ ਰਹੀ ਸੀਗੀ। ਠੀਕ ਹੈ, ਉਹਦੇ ਕਾਰਨ ਕੁਛ ਨਹੀਂ ਦਿਸਿਆ ਹੈਗਾ, ਗੱਡੀ 'ਚ ਗੱਡੀ ਟੱਕਰ ਹੋ ਗਈ। ਧੁੰਦ ਕਿੰਨੀ ਕੁ ਸੀ ਬ੍ਰਦਰ? ਬਹੁਤ ਜ਼ਿਆਦਾ ਸੀਗੀ। ਠੀਕ ਹੈ, ਤਾਂ ਤੁਹਾਨੂੰ ਦੇਖਿਆ ਨਹੀਂ ਕਰਨ ਦੇ ਕਾਰਨ? ਕੁਛ ਨਹੀਂ ਦਿਸ ਰਿਹਾ ਸੀ, ਹੁਣ ਵੀ ਧੁੰਦ ਆ ਬਹੁਤ ਜ਼ਿਆਦਾ। ਨਾ ਕੋਈ ਰਿਫਲੈਕਟਰ ਸੀ? ਨਹੀਂ, ਕੁਛ ਨਹੀਂ ਚੱਲ ਰਿਹਾ ਸੀ, ਕੋਈ ਬੱਤੀ ਚੱਲ ਰਹੀ, ਕੁਛ ਨਹੀਂ ਚੱਲ ਰਿਹਾ ਸੀ ਸਰ। ਤਾਂ ਕਿੱਦਾਂ ਬੱਚਤ ਰਹੇਗੀ ਸਵਾਰੀਆਂ? ਸਵਾਰੀ ਸਾਰੀ ਬੱਚਤ ਰਹੇਗੀ। ਠੀਕ ਹੈ, ਕਿੰਨੀਆਂ ਕੁ ਸਵਾਰੀਆਂ ਸੀ ਬਸ? ਸਵਾਰੀਆਂ 7 ਸਵਾਰੀਆਂ ਸੀਗੀਆਂ। ਠੀਕ ਹੈ, ਓਕੇ। ਸਵੇਰੇ 6:15 ਦਾ ਟਾਈਮ ਸੀਗਾ। ਪਰਮਜੀਤ ਜੀ, ਤੁਸੀਂ ਵੀ ਬੱਸ ਦੇ ਵਿੱਚ ਸੀ? ਹਾਂਜੀ ਹਾਂਜੀ। ਠੀਕ ਹੈ, ਕੀ ਗੱਲਬਾਤ ਕੀ ਹੋਈ ਸੀ? ਐਕਸੀਡੈਂਟ ਕਿਤੇ? ਬਸ ਉਹ ਟਰਾਲਾ ਮੂਰੇ ਆ ਮੁੜਦਾ ਸੀ, ਖਾਈ ਟਰੱਕ ਸੀ, ਖਾਈ ਟਰਾਲਾ ਸੀ, ਇਹਨਾਂ ਨੂੰ ਆਪਾਂ ਕਨੈਕਟਰ। ਠੀਕ ਹੈ ਜੀ, ਉਹਦੇ ਉਹ ਵਿੱਚ ਵੱਜੀ ਜਾ ਕੇ ਬਸ। ਠੀਕ ਹੈ, ਤਾਂ ਸੱਟਾਂ ਕਿੰਨੀਆਂ ਕੁ ਲੱਗੀਆਂ? ਹਾਂਜੀ ਠੀਕ ਹੈ, ਬੱਚਤ ਹੈ? ਹਾਂਜੀ ਬੱਚਤ। ਹਾਂਜੀ, ਸੀ ਅਸੀਂ ਭਾਨੀਗੜ੍ਹ।
ਡਾਕਟਰ ਸਾਹਿਬ, ਇੱਕ PRTC ਦਾ ਐਕਸੀਡੈਂਟ ਹੋਇਆ, ਕੀ ਮਾਮਲਾ ਹੋਇਆ ਤੁਹਾਡੇ? ਸਾਡੇ ਕੋਲੋਂ ਹੋਇਆ ਜਾਣ ਕਿ ਇੱਕ ਕੋਈ ਥਰਡ ਪਾਰਟੀ ਛੱਡ ਕੇ ਗਏ ਸੀ ਇਹਨਾਂ ਨੂੰ, ਕੋਈ ਨਾ ਕੰਡਕਟਰ, ਬੱਸ ਦਾ ਕੰਡਕਟਰ, ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ, ਟੋਟਲ 4 ਪੇਸ਼ੈਂਟ ਆਏ ਸਾਡੇ ਕੋਲ। ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵਹੀਕਲ ਨਾਲ, ਅਤੇ ਹਾਲਾਤ ਤੋਂ ਤਾਂ ਇੱਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ। ਪਰ ਮਰੀਜ਼ਾਂ ਦੀ ਹਾਲਾਤ ਤਾਂ ਇਹ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ, ਜਿਨ੍ਹਾਂ ਦੇ ਅਸੀਂ ਸਟਿੱਚ ਲਾਤੇ ਆ, ਉਹਨਾਂ ਨੂੰ ਰੈਫਰ ਕਰਤਾ ਹੈ, ਬਾਕੀ ਦੋ ਮਰੀਜ਼ ਸੇਫ ਨੇ। ਅਤੇ ਇੰਨੀ ਕੁ ਸਾਨੂੰ ਅਜੇ ਤਾਂ ਫਿਲਹਾਲ ਜਾਣਕਾਰੀ ਹੈਗੀ ਹੈ। ਅਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ, ਕੋਈ ਮੁਲਾਜ਼ਮ ਨਹੀਂ ਅਜੇ ਤੱਕ ਇੱਥੇ ਵਿਜ਼ਿਟ ਹੋਇਆ, ਨਾ ਕੋਈ। ਤਾਂ ਕੋਈ ਸਰ ਜ਼ਿਆਦਾ ਗੰਭੀਰ ਸੱਟਾਂ ਤਾਂ ਨਹੀਂ? ਗੰਭੀਰ ਕੋਈ ਸਿਰ 'ਤੇ ਸੱਟ ਇੱਕ ਮਰੀਜ਼ ਦੀ ਹੈਗੀ, ਗੰਭੀਰ ਬਾਕੀ ਠੀਕ ਹੈ। ਬਾਬਾ ਜੀ, ਕੀ ਹਾਦਸਾ ਹੋਇਆ ਇਹ? ਇਹ ਹਾਦਸਾ ਇਹ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜ੍ਹਾ ਜਿਹਾ। ਠੀਕ ਹੈ ਜੀ। ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨੇ ਵੀ ਖਾਲੀ, ਇਹਨੇ ਸੋਚਿਆ ਵੀ ਖਾਲੀ ਆ, ਇਹ ਤੋਂ ਬੈਕ ਕਰ ਰਿਹਾ ਸੀਗਾ। ਠੀਕ ਹੈ ਜੀ। ਪਿੱਛੋਂ PRTC ਬੱਸ ਆਈ, ਬੱਸ ਵਾਲੇ ਨੇ ਅੱਗੇ ਟਰੱਕ ਦੇਖਿਆ ਨਹੀਂ ਹੈਗਾ, ਧੁੰਦ 'ਚ ਦਿਖਿਆ ਨਹੀਂ, ਉਹਨੇ ਆ ਕੇ ਉਹਦੇ ਵਿੱਚ ਲੱਗੀ। ਠੀਕ ਹੈ। ਤਾਂ ਸਵਾਰੀਆਂ ਦੀ ਬੱਚਤ ਹੈ? ਸਵਾਰੀਆਂ ਦੇ ਲੱਗੀ ਹੈ, ਮਤਲਬ 5-10 ਦੇ ਸਵਾਰੀਆਂ ਲੱਗੇ ਨੇ ਸੱਟਾਂ, ਮਾਮੂਲੀ ਸੱਟਾਂ ਆਈਆਂ ਨੇ। ਕੀ ਲੱਗਦਾ ਧੁੰਦ ਕਾਰਨ ਇਹ ਹਾਦਸਾ ਹੋਇਆ? ਇਹ ਧੁੰਦ ਕਾਰਨ ਹੋਇਆ, ਇਹ ਧੁੰਦ ਕਾਰਨ ਹੋਇਆ। ਸਰ ਕਿਵੇਂ ਦੇਖਦੇ ਹੋ, ਸੜਕ ਸੁਰੱਖਿਆ ਫੋਰਸ ਲਗਾਤਾਰ ਪਹੁੰਚਦੀ ਹੈ ਤੇ ਧੁੰਦ ਵੱਧਦੀ ਜਾ ਰਹੀ, ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰਦੇ ਹਾਂ ਵੀ ਜੋ ਅੱਗੇ ਧੁੰਦ ਦੇ ਅੱਗੇ ਮਤਲਬ ਦਿਨ ਆ ਰਹੇ ਨੇ, ਸਲੋ ਚੱਲੋ, ਅੱਗਾ ਪਿੱਛਾ ਦੇਖ ਕੇ ਚਲੋ। ਅਸੀਂ ਟਰੱਕ ਵਾਲੇ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ, ਨਾਲ ਇੱਕ ਕਨੈਕਟਰ ਵੀ ਹੋਵੇ, ਕਿਉਂਕਿ ਨਾਲ ਸੇਫ ਅੱਗੇ ਦੱਸ ਸਕਦਾ ਵੀ ਜਦੋਂ ਕੋਈ ਰੋਕ ਸਕਦਾ ਟ੍ਰੈਫਿਕ ਨੂੰ। ਪਰ ਲੋਕਾਂ ਨੂੰ ਇਹੀ ਕਹਿੰਦਾ ਵੀ ਥੋੜ੍ਹਾ ਜਿਹਾ ਅਵੇ ਹੋ ਕੇ ਚੱਲਣ, ਅੱਗਾ ਪਿੱਛਾ ਦੇਖ ਕੇ ਚੱਲਣ, ਜੋ ਕਿ ਐਕਸੀਡੈਂਟ ਦਾ ਕੋਈ ਕਾਰਨ ਨਾ ਬਣੇ। ਠੀਕ ਹੈ। ਨਰਮਲ ਜਾਟ, ਕਿਆ ਹਾਦਸਾ ਕਿਆ ਹੋਇਆ ਜੀ? ਹਾਦਸਾ ਮੈਂ ਗਾਡੀ ਘੁਮਾਉਣੇ ਕੇ ਲਈ ਇਧਰ ਲੈ ਰਿਹਾ ਤਾਂ ਅੱਗੇ, ਤੋ ਅੱਗੇ ਕੋਈ ਉਹ ਠੇਲਾ ਖੜਾ ਤਾ ਸਬਜ਼ੀ ਕਾ। ਠੀਕ ਹੈ। ਤੋ ਉਸਕੇ ਚੱਕਰ ਮੈਂ ਤੋ ਖੜਾ ਤਾ, ਇਧਰ ਸੇ ਬਸ ਵਾਲਾ ਆਇਆ ਔਰ ਬ੍ਰੇਕ ਹੀ ਟੱਚ ਨਹੀਂ ਕਿਆ, ਉਸਨੇ ਅੰਦਰ ਡਾਲ ਦੀ ਗਾਡੀ ਕੋ। ਓਕੇ। ਤੋ ਗਲਤੀ ਕਿਆ ਥੀ? ਵੋ ਬਸ ਵਾਲਾ ਜ਼ਿਆਦਾ ਤੇਜ਼ ਥਾ? ਬਸ ਵਾਲਾ ਸਪੀਡ ਮੇਂ ਨਹੀਂ ਥਾ, ਲਾਸਟ 30-35 ਕੀ ਸਪੀਡ ਮੇਂ ਥਾ, ਲੇਕਿਨ ਉਸਨੇ ਬ੍ਰੇਕ ਟੱਚ ਨਹੀਂ ਕਿਆ। ਤੋ ਤਬ ਯੇ ਐਕਸੀਡੈਂਟ ਹੁਆ? ਤਬ ਐਕਸੀਡੈਂਟ ਹੁਆ। ਤੋ ਉਸੇ ਦੂਰ ਸੇ ਗਾਡੀ ਨਹੀਂ ਦਿਖੀ ਵੀ ਗਾਡੀ ਕ੍ਰੋਸ ਕਰ ਰਹੀ ਹੈ? ਅਬ ਵੋ ਬੋਲ ਰਹਾ ਹੈ ਭਾਈ ਮੇਰੇ ਕੋ ਏਕਦਮ ਦਿਖੀ ਹੈ ਗਾਡੀ ਐਮਰਜੈਂਸੀ ਮੇਂ। ਤੋ ਗਾਡੀ ਯਹਾਂ ਪੇ ਕ੍ਰੋਸ ਕਰ ਰਹੀ ਥੀ ਤੋ ਦੂਰ ਸੇ ਮਤਲਬ ਗਾਡੀ ਖੜੀ ਥੀ? ਠੀਕ ਹੈ। ਗਾਡੀ ਖੜੀ ਥੀ, ਅੱਗੇ ਠੇਲਾ ਥਾ, ਇਸ ਲਈ। ਤੋ ਆਪਕੇ ਗਾੜੀ ਕੇ ਸਾਈਡ ਮੇ ਲਾਈਟੇ ਹੈ ਜੋ ਦੂਰ ਸੇ ਦਿਖ ਜਾਏ ਵੀ ਗਾੜੀ ਖੜੀ ਹੈ, ਰਿਫਲੈਕਟਰ ਜਾਂ ਕੁਛ ਹੋਰ? ਦਿਨ ਉੱਗ ਗਿਆ ਨਾ, 6 ਵਜੇ ਗਏ, 6 ਵਜੇ ਕਾ ਟਾਈਮ ਥਾ, ਦਿਨ ਥਾ। ਹਾਂ।